ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦਿਆਂ ਸਿੱਖ ਸਦਭਾਵਨਾ ਦਲ ਵੱਲੋਂ ਅੱਜ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਸਰਾਂ ਢਾਉਣ ਦਾ ਨਵਾਂ ਮਤਾ ਲਿਆਂਦਾ ਗਿਆ, ਜਿਸ ਦੇ ਰਾਹੀਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਾਦਲ ਕੇ ਸਰਾਂ ਢਾਉਣ ਵਾਲੀ ਗਲਤੀ ਭੁੱਲ ਕੇ ਵੀ ਨਾ ਕਰਨ, ਕਿਉਂਕਿ ਇਹਦਾ ਖਮਿਆਜ਼ਾ ਜਿੱਥੇ ਤੁਹਾਡੀਆਂ ਪੁਸ਼ਤਾਂ ਨੂੰ ਭੁਗਤਣਾ ਪੈਣਾ ਹੈ, ਉੱਥੇ ਨਵੀਨੀਕਰਨ ਦੇ ਨਾਮ ਹੇਠ ਦਰਬਾਰ ਸਾਹਿਬ ਦੀ ਦਿੱਖ ਖਰਾਬ ਹੋਣੀ ਹੈ ਔਰ ਪੁਰਾਣੀ ਵਿਰਾਸਤ ਹਮੇਸ਼ਾ ਲਈ ਸਾਡੇ ਤੋਂ ਖੁੱਸ ਜਾਣੀ ਹੈ। ਤੀਸਰੀ ਗੱਲ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ 'ਤੇ ਹਮਲਾ ਕੀਤਾ ਗਿਆ ਸਰਕਾਰ ਵੱਲੋਂ 1984 'ਚ ਤੁਹਾਡੀ ਮਿਲੀ ਭੁਗਤ ਨਾਲ, ਔਰ ਉਹਦੇ ਵਿੱਚ ਵੱਡਾ ਨੁਕਸਾਨ ਹੋਇਆ, 1000 ਕਰੋੜ ਦਾ ਤੁਸੀਂ ਕੇਸ ਪਾਇਆ। ਇਹ ਸਰਾਂ ਢਹਿਣ ਨਾਲ 32,000 ਕਰੋੜ ਦਾ ਕੇਸ ਸਿੱਖ ਜਿਹੜੇ ਨੇ ਉਹ ਹਾਰ ਜਾਣਾ ਆ ਤੁਹਾਡੀ ਬਦੌਲਤ, ਕਿਉਂਕਿ ਤੁਸੀਂ ਆਪਣੀ RTI 'ਚ ਮੰਨ ਚੁੱਕੇ ਹੋ ਸ਼੍ਰੋਮਣੀ ਕਮੇਟੀ ਵੱਲੋਂ ਕਿ ਸਾਡੇ ਕੋਲ 1984 ਦਾ ਕੋਈ ਸਬੂਤ ਨਹੀਂ, ਇਹ ਤੁਸੀਂ ਲਿਖਿਆ ਹੋਇਆ। ਇਹਦਾ ਮਤਲਬ ਇੱਕ ਸਰਾਂ ਬਚੀ ਹੈ ਜਿਹਨੂੰ ਤੁਸੀਂ ਬਾਬੇ ਭੂਰੀ ਵਾਲੇ ਰਾਹੀਂ ਕਸ਼ਮੀਰ ਸਿੰਘ ਰਾਹੀਂ ਨੇਸ਼ ਤੋਂ ਬੂਦ ਕਰਨਾ ਚਾਹੁੰਦੇ ਹੋ। ਅਸੀਂ ਕਿਸੇ ਵੀ ਕੀਮਤ 'ਤੇ ਐਸਾ ਨਹੀਂ ਹੋਣ ਦੇਵਾਂਗੇ, ਚਾਹੇ ਸਾਡੀਆਂ ਜਾਨਾਂ ਕਿਉਂ ਨਾ ਚਲੀਆਂ ਜਾਣ। ਦੂਸਰਾ, ਜਿਹੜਾ ਪਿਛਲੇ ਦਿਨੀ ਵਿਰਾਸਤ ਨਿਕਲੀ, ਉਹ ਵਿਰਾਸਤ ਤਾਂ ਕੱਢ ਕੇ ਸੰਗਤਾਂ ਨੂੰ ਵਿਖਾਈ ਨਹੀਂ ਗਈ, ਪਰ ਜਿਹੜੀ ਬਚੀ ਸੀ ਉਹ ਬਾਬੇ ਭੂਰੀ ਵਾਲੇ ਕਸ਼ਮੀਰ ਸਿੰਘ ਦੇ ਰਾਹੀਂ ਹੂੰਝ ਕੇ ਨਹਿਰ 'ਤੇ ਜ਼ਰੂਰ ਸੁੱਟ ਦਿੱਤੀ ਗਈ, ਔਰ ਕੋਈ ਵਿਰਾਸਤੀ ਵਿਭਾਗ ਇੱਥੇ ਨਹੀਂ ਪਹੁੰਚਿਆ, ਕੋਈ ਪ੍ਰਸ਼ਾਸਨ ਨੇ ਨਹੀਂ ਰੋਕਿਆ। ਇਹ ਮਿਲੀ ਭੁਗਤ ਨਾਲ ਸਾਰਾ ਕੁਝ ਚੱਲ ਰਿਹਾ ਹੈ ਕਿ ਸਿੱਖਾਂ ਦੀਆਂ ਪੁਰਾਤਨ ਵਿਰਾਸਤਾਂ ਤਹਿਸ ਨਹਿਸ ਕਰ ਦਿਓ, ਉੱਥੇ ਛੱਡੋ ਕੱਖ ਨਾ। 1 ਤਰੀਕ ਨੂੰ ਅਸੀਂ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਹਾਂ, ਇਸੇ ਹੀ ਪੰਥਕ ਥੜੇ 'ਤੇ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਹੁੰਮ ਹਮਾ ਕੇ ਜ਼ਰੂਰ ਪਹੁੰਚਣ, ਕਿਉਂਕਿ ਹੁਣ ਤੱਕ ਇਹਨਾਂ ਦਾ ਕੁਹਾੜਾ ਰੁਕਿਆ ਨਹੀਂ, ਉਹਨੂੰ ਰੋਕਣਾ ਕਿਵੇਂ ਆ, ਕਿਉਂਕਿ ਪੁਲਿਸ ਪ੍ਰਸ਼ਾਸਨ ਤਾਂ ਹੱਥ ਖੜੀ ਕਰੇ ਬੈਠਾ, ਨਾ ਇੱਥੇ ਕਿਸੇ ਸਰਕਾਰ ਦਾ ਕੋਈ ਨੁਮਾਇੰਦਾ, ਨਾ ਕੋਈ ਇੱਥੇ ਕੋਈ ਦੂਜਾ, ਇੱਥੇ ਕਾਰ ਸੇਵਾ, ਸਰਕਾਰ ਸੇਵਾ ਅਤੇ ਮਾਰ ਸੇਵਾ ਚੱਲ ਰਹੀ। ਉਹਨੂੰ ਰੋਕਣ ਵਾਸਤੇ 1 ਤਰੀਕ ਦਾ ਸੁਨੇਹਾ ਦਿੰਦੇ, ਐਤਵਾਰ ਦਾ ਦਿਨ ਹੈ, ਸਿੱਖ ਸੰਗਤਾਂ ਜ਼ਰੂਰ ਪਹੁੰਚਣ ਤਾਂ ਜੋ ਅਗਲਾ ਪ੍ਰੋਗਰਾਮ ਤੁਹਾਨੂੰ ਦਿੱਤਾ ਜਾ ਸਕੇ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣਦੇ ਹੋਏ 1 ਤਰੀਕ ਨੂੰ ਪਹੁੰਚੋ, ਆ ਸਬੂਤ ਤੁਹਾਡੇ ਸਾਹਮਣੇ ਨੇ, 1984 ਦੇ ਸਾਰੇ ਨਿਸ਼ਾਨ ਜਿਹੜੇ ਨੇ ਸ਼੍ਰੋਮਣੀ ਕਮੇਟੀ ਨੇ ਹੂੰਝ ਦਿੱਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।